ਓ ਤੂਤਕ 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 ਤੂਤੀਆਂ ਹਈ ਜਮਾਲੋ ਆ ਜਾ ਤੂਤਾਂ ਵਾਲੇ ਖੂਹ ਤੇ ਹਈ ਜਮਾਲੋ ਉੱਥੇ ਗੱਲਾਂ ਕਰੀਏ ਮੂੰਹ ਤੇ ਹਈ ਜਮਾਲੋ। ਅੱਜ ਗੱਲ ਚੱਲ ਰਹੀ ਹੈ ਜੀ ਜਨਮ ਦਿਨ ਦੇ ਬਾਰੇ, ਹੈ ਨਾ। ਜਨਮ ਦਿਨ ਇੱਕ ਅਜਿਹਾ ਦਿਨ ਹੁੰਦਾ ਜਿਹੜਾ ਬਹੁਤ ਹੀ ਪ੍ਰੀਸ਼ੀਅਸ ਦਿਨ ਹੁੰਦਾ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੌਣ ਸਰ ਬੋਲ ਰਹੇ ਹੋ? ਹਾਂਜੀ ਬੜੇ ਮੇਰੇ ਅੱਜ ਕੱਲ ਤੁਸੀਂ ਗੀਤ ਗਾ ਰਹੇ ਹੋ, ਮੈਂ ਕਿਹਾ ਮੈਂ ਤੁਹਾਨੂੰ ਕਹਿ ਦਿਆਂ ਵੀ ਬਹੁਤ ਸੁਰ ਚ ਗਾ ਸਰ 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 ਵਾਹ ਜੀ ਵਾਹ, ਸਾਡੇ ਨਾਲ ਜੁੜ ਚੁੱਕੇ ਨੇ ਜੀ ਸਰਦਾਰ ਦ ਗੋਲਡਨ ਵਾਇਸ ਗੋਲਡਨ ਸਟਾਰ ਸਰਦਾਰ ਮਲਕੀਤ ਸਿੰਘ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਰ ਮੈਨੂੰ ਬਹੁਤ ਖੁਸ਼ੀ ਹੋਈ ਹੈ, ਬਹੁਤ ਖੁਸ਼ੀ ਹੋਈ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਂ ਕੰਨ ਫੜ ਕੇ ਪਹਿਲਾਂ ਤਾਂ ਮਾਫੀ ਮੰਗਦਾ ਮਲਕੀਤ ਭਾਜੀ, ਮੈਂ ਤੁਹਾਡਾ ਗਾਣਾ ਗਾਇਆ ਸਾਰੇ ਪ੍ਰੋਗਰਾਮ ਵੀ ਕਰ ਰਹੇ ਹੋ ਅੱਜ ਮੈਨੂੰ, ਸੋ ਥੈਂਕ ਯੂ ਵੈਰੀ ਮਚ ਜੀ। ਤਾਂ ਬਸ ਬੈਠੇ ਆ ਹੁਣ ਇੱਥੇ ਇੰਗਲੈਂਡ ਦੇ ਵਿੱਚ, ਤਾਂ ਮੈਂ ਕੱਲ ਅਮੈਰੀਕਾ ਨੂੰ ਜਾਣਾ ਸੀ ਜੀ। ਸੋ ਬੱਚੇ ਕਹਿੰਦੇ ਨਹੀਂ ਬਰਥਡੇ ਇੱਥੇ ਮਨਾਵਾਂਗੇ, ਸੋ ਸਾਰੇ ਜਾਣੇ ਅੱਜ ਰਾਤ ਨੂੰ ਖੂਬ ਪਾਰਟੀ ਹੋਊਗੀ। ਵਾਹ ਜੀ ਵਾਹ, ਵਾਹ ਜੀ ਵਾਹ। ਸਰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਤੁਸੀਂ ਫਿਰ ਆਪਣਾ ਬਰਥਡੇ? ਅੱਜ ਰਾਤ ਨੂੰ ਰੱਖੀ ਇਹਨਾਂ ਨੇ ਸਰਪ੍ਰਾਈਜ਼ ਪਾਰਟੀ ਆ, ਮੈਨੂੰ ਤਾਂ ਹੁਣ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਹੈ। ਗ੍ਰੇਟ, ਉਹਦਾ ਜ਼ਿਆਦਾ ਮਜ਼ਾ ਆਉਂਦਾ ਸਰ। ਐਗਜ਼ੈਕਟਲੀ, ਹੈ ਨਾ। ਹਾਂ ਬਿਲਕੁਲ ਜੀ ਬਿਲਕੁਲ, ਕਿਉਂਕਿ ਮੈਂ ਕਾਫੀ ਬਾਹਰ ਹੀ ਹੁੰਦਾ ਜਦੋਂ ਕਦੇ ਮਤਲਬ ਕਿਉਂਕਿ ਸ਼ੋਜ਼ ਵਗੈਰਾ 'ਚ ਬਿਜ਼ੀ ਹੁੰਦੇ ਆ। ਸੋ ਦਿਸ ਟਾਈਮ ਕਿਉਂਕਿ ਚੱਲਦੀ ਵੀਕ 'ਚ ਬਰਥਡੇ ਆਈ ਆ, ਸੋ ਇਸ ਟਾਈਮ ਮੈਂ ਹੁਣ ਘਰ ਆ। ਕੱਲ ਨੂੰ ਮੈਂ ਵੈਸੇ ਅਮਰੀਕਾ ਜਾਣਾ ਸੈਨ ਫਰਾਂਸਿਸਕੋ, ਤੋਂ ਅੱਜ ਰੱਖੀਏ ਉਹਨਾਂ ਨੇ ਫਿਰ ਪਾਰਟੀ ਪੂਰਟੀ, ਦੇਖਦੇ ਕਿੱਥੇ ਇਹਨਾਂ ਨੇ ਲੈ ਕੇ ਜਾਣਾ। ਵਾਹ ਜੀ ਵਾਹ। ਦੇਖੋ ਸਰ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਨਾ ਮੈਨੂੰ ਕਾਫੀ ਫੋਨ ਆ ਰਹੇ ਨੇ, ਲਗਾਤਾਰ ਫੋਨ ਤੇ ਫੋਨ ਆ ਰਹੇ ਨੇ, ਤੇ ਦੇਖੋ ਸਰ ਤੁਸੀਂ, ਤੁਹਾਨੂੰ ਕਿੰਨੇ ਜ਼ਿਆਦਾ ਲੋਕ ਪਿਆਰ ਕਰਦੇ ਨੇ, ਹਨਾ, ਇੰਨਾ ਸੋਹਣਾ ਗਾਣਾ। ਬਹੁਤ ਮਿਹਰਬਾਨੀ ਜੀ। ਹਾਂਜੀ ਬਿਲਕੁਲ ਜੀ, ਅੱਜ ਸਵੇਰ ਦੇ ਹੀ ਮਤਲਬ ਸਾਡੀਆਂ ਫੇਸਬੁੱਕਾਂ ਵੀ ਤੇ ਸਾਡੇ ਵਟਸਐਪ ਵੀ ਤੇ ਹੁਣ ਵੀ ਵਿੱਚ ਟਿੰਗ ਟਿੰਗ ਹੋ ਹੀ ਜਾਂਦੀ ਹੈ ਮਤਲਬ ਫੋਨਾਂ ਦੇ। ਸੋ ਮੈਂ ਸਾਰੇ ਸਰੋਤਿਆਂ ਦਾ ਆਪਣੇ ਵੱਲੋਂ ਤੁਹਾਡੇ ਜ਼ਰੀਏ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਬਹੁਤ ਪਿਆਰ ਸਤਿਕਾਰ ਦਿੰਦੇ ਹੋ, ਔਰ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਪ੍ਰਵੇਸ਼ ਕਰਦੇ ਆ ਜਾਂ ਕਿਸੇ ਨੂੰ ਪ੍ਰਵੇਸ਼ ਕਰਦੇ ਆ, ਚੰਗਾ ਲੱਗਦਾ। ਔਰ ਹੁਣੇ ਭੈਣ ਜੀ ਹੁਣੇ ਅਮਰੀਕਾ ਤੋਂ ਉਹ ਵੀ ਗੱਲ ਕਰਕੇ ਗਏ ਸੀਗੇ, ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ। ਮਲਕੀਤ ਸਿੰਘ ਜੀ ਤੁਸੀਂ ਕਾਫੀ ਹਿੱਟ ਗਾਣੇ ਦਿੱਤੇ ਆ, ਤੇ ਉਹ ਹਿੱਟ ਗਾਣੇ ਦੇ ਵਿੱਚ ਨਾ ਕਿ ਦਿਲ ਦੇ ਗਾਣਾ ਕਰੀਬ ਹੁੰਦਾ ਹਿੱਟ, ਤੇ ਉਹ ਮੈਂ ਅੱਜ ਤੁਹਾਡੇ ਤੋਂ ਸੁਣਨਾ ਚਾਹੁੰਦਾ, ਕਿਹੜਾ ਗਾਣਾ ਤੇ ਉਹ ਗਾ ਕੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ। ਮੈਨੂੰ ਸਾਰੇ ਚੰਗੇ ਲੱਗਦੇ ਜੀ ਗਾਣੇ ਜਿਹੜੇ ਤੁਸੀਂ ਗਾਉਂਦੇ, ਤੋਤਕ ਤੋਤਕ ਤੁਤੀਆਂ ਪਿਆਰ ਹੁੰਦਾ ਉਸ ਕੋ। ਪਰ ਕੋਈ ਫਿਰ ਵੀ ਮਲਕੀਤ ਜੀ ਤੁਹਾਡਾ ਫੇਵਰੇਟ ਜੋ ਤੁਹਾਡੇ ਦਿਲ ਦੇ ਬਹੁਤ ਨਜ਼ਦੀਕ ਹੋਵੇ? ਬਿਲਕੁਲ, ਮੈਨੂੰ ਵੈਸੇ ਮੈਂ ਕਹਿੰਦਾ ਹੁੰਦੇ ਮਾਵਾਂ ਠੰਡੀਆਂ ਛਾਵਾਂ, ਜਾਂ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਉਹ ਬਹੁਤ ਚੰਗੇ ਲੱਗਦੇ ਆ। ਪਰ ਕਿਉਂਕਿ ਅੱਜ ਸੈਲੀਬ੍ਰੇਸ਼ਨ ਹੈ ਤੇ ਆਪਾਂ ਸਾਰੇ ਜਾਣੇ ਗਾਉਂਦੇ ਆ, ਤੁਸੀਂ ਮੇਰੇ ਨਾਲ ਕਿਉਂ ਮੈਂ ਗੁੜ ਨਾਲੋ ਇਸ਼ਕ ਮਿੱਠਾ, ਗੁੜ ਨਾਲੋ ਇਸ਼ਕ ਮਿੱਠਾ, ਗੁੜ ਨਾਲੋ ਇਸ਼ਕ ਮਿੱਠਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ, ਗੁੜ ਨਾਲੋ ਇਸ਼ਕ ਮਿੱਠਾ। ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਤੁਸੀਂ ਇੰਨਾ ਸੋਹਣਾ ਗਾਇਆ। ਇਹ ਹਲੇ ਤੱਕ ਜਿਹੜਾ ਸਟੈਪ ਆ ਨਾ ਸਰ, ਜਿਹੜਾ ਹੱਥ ਵਾਲਾ ਸਟੈਪ ਆ, ਇਹ ਕਿਸੇ ਕੋਰੀਓਗ੍ਰਾਫਰ ਨੇ ਇਹ ਸਟੈਪ ਬਣਾਇਆ ਸੀ ਜਾਂ ਕਿਸੇ ਤੁਸੀਂ ਆਪ ਇਹ ਕਿਹਾ ਵੀ ਆਹ ਸਟੈਪ ਰੱਖਣਾ? ਹਲੇ ਤੱਕ ਸਰ ਇਹ ਸਟੈਪ ਯਾਦ ਆ, ਜਦੋਂ ਇੱਦਾਂ ਕਿਸੇ ਨੂੰ ਕਰ ਦੋ ਨਾ ਤਾਂ ਕਹਿਣ ਲੱਗੇ ਵੀ ਗੁੜ ਨਾਲ ਇਸ਼ਕ ਮਿੱਠਾ ਵਾਲਾ ਗਾਣਾ। ਹਾਂ ਬਿਲਕੁਲ ਬਿਲਕੁਲ ਜੀ, ਪਹਿਲੀ ਵਾਰੀ ਮਲਾਇਕਾ ਅਰੋੜਾ, ਹੁਣ ਦੇਖੋ ਕਿੰਨੀ ਮੰਨੀ ਬਦਨਾਮ ਹੋਈ ਤੇ ਕਿੰਨੇ ਉਹਦੇ ਗਾਣੇ ਉਹਦੇ ਵੀ ਹਿੱਟ ਹੋਏ ਨੇ, ਔਰ ਫਸਟ ਟਾਈਮ ਉਹ ਸਾਡੀ ਇਸ ਵੀਡੀਓ ਵਿੱਚ ਆਏ ਸੀ ਉਦੋਂ, ਕਿਉਂਕਿ ਇਹ ਗੀਤ ਰੀਮਿਕਸ ਬਹੁਤ ਕਰ ਦਿੱਤਾ ਸੀਗਾ, ਸੋ ਅਸੀਂ ਸੋਚਿਆ ਕਿ ਲੋਕਾਂ ਨੂੰ ਇਹ ਪਸੰਦ ਨਹੀਂ ਆਉਣਾ, ਸੋ ਮੈਂ ਇਸ ਵੀਡੀਓ ਵਿੱਚ ਨਹੀਂ ਸੀ ਆਇਆ, ਦੇਖ ਲਓ। ਲੇਕਿਨ ਉਹਨਾਂ ਨੇ ਕੋਰੀਓਗ੍ਰਾਫੀ ਕਰਕੇ ਐਸੇ ਹੱਥ ਜਿਹਾ ਮਿਲੇ, ਅਸੀਂ ਹੱਥ ਮਲਦੇ ਰਹਿ ਗਏ, ਗੀਤ ਤਾਂ ਹਿੱਟ ਹੋ ਗਿਆ। ਸਹੀ ਗੱਲ ਹੈ ਸਰ। ਸਰ ਜਦੋਂ ਤੂਤਕ ਗਾਣਾ ਗਾਇਆ ਸਰ, ਇਹ ਕੀ ਸੋਚਿਆ ਸੀ ਸਰ, ਐਡਾ ਬਿਗ ਹਿੱਟ ਤੇ ਹਲੇ ਤੱਕ ਸਰ ਲੋਕਾਂ ਦੇ ਕੰਨਾਂ ਦੇ ਵਿੱਚ ਗੂੰਜਦਾ ਰਹੇਗਾ? ਦੇਖੋ ਜੀ, ਜਦੋਂ ਕੋਈ ਤੁਸੀਂ ਗੀਤ ਬਣਾਉਂਦੇ ਆ ਕਦੇ ਤਾਂ ਨਹੀਂ ਸੋਚਦੇ ਕਿ ਇੰਨਾ ਹਿੱਟ ਹੋਊਗਾ ਜਾਂ ਕਿਉਂ ਕਰ, ਪਰ ਥੋੜੀ ਜਿਹੀ ਫੇਮ ਹੁੰਦੀ ਆ, ਕਿਉਂਕਿ ਇੰਗਲੈਂਡ 'ਚ ਅਸੀਂ ਰਹਿੰਦੇ ਹਾਂ ਤਾਂ ਇੰਗਲੈਂਡ ਦੇ ਲੋਕ ਜਾਂ ਫਿਰ ਫੋਰਨ ਦੇ ਲੋਕ ਆ, ਕਿਉਂਕਿ ਉਹ ਜ਼ਿਆਦਾ ਡਾਂਸ ਮਿਊਜ਼ਿਕ ਨੂੰ ਜ਼ਿਆਦਾ ਪਸੰਦ ਕਰਦੇ ਆ ਕਿ ਭੰਗੜਾ ਵੀਕਐਂਡ ਦੇ ਪ੍ਰੋਗਰਾਮ ਹੁੰਦੇ ਤੋਂ ਆਲਰੇਡੀ ਟੈਨਸ਼ਨ ਹੁੰਦੀ ਲੋਕਾਂ ਨੂੰ, ਥੋੜਾ ਡਾਂਸ ਕਰਨਾ, ਥੋੜਾ ਭੰਗੜੇ ਵਾਲੇ ਗਾਣੇ ਹੋਣੇ ਚਾਹੀਦੇ ਆ। ਸੋ ਮੈਨੂੰ ਸ਼ੋਰ ਸੀਗਾ ਕਿ ਇਸ ਗੀਤ 'ਤੇ, ਕਿਉਂਕਿ ਟਿਊਨ ਬਹੁਤ ਸੋਹਣੀ ਆ, ਲਵਜ਼ ਬੜੇ ਵਧੀਆ ਨੇ,
ਤਾਂ ਲੋਕ ਡਾਂਸ ਬਹੁਤ ਕਰਨਗੇ ਪਰ ਇੰਨਾ ਹਿੱਟ ਹੋਊਗਾ ਗਿਨਸ ਬੁੱਕ ਆਫ ਰਿਕਾਰਡ ਜਾਊਗਾ ਵਰਲਡ ਦੇ ਵਿੱਚ ਸੋ ਇੰਨੀ ਵੱਡੀ ਗੱਲ ਹੋਊਗੀ ਇਹ ਤਾਂ ਕਦੇ ਕਦੇ ਕਿਸੇ ਆਰਟਿਸਟ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪਰ ਲੋਕਾਂ ਨੇ ਬਹੁਤ ਇਸ ਗੀਤ ਨੂੰ ਪਿਆਰ ਦਿੱਤਾ ਤੇ ਬਹੁਤ ਵੱਡਾ ਹਿੱਟ ਹੋਇਆ ਵਾਹ ਜੀ ਵਾਹ ਦੇਖ ਲਓ ਸਰ ਮੈਂ ਨਾ ਪਿੱਛੇ ਜੇ ਹਾਲੀ ਚ ਗਿੱਪੀ ਭਾਜੀ ਨੂੰ ਮਿਲਿਆ ਮਰ ਗਏ ਹੋਏ ਲੋਕੋ ਦੀ ਪ੍ਰਮੋਸ਼ਨ ਤੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇਹ ਜਿਹੜਾ ਟਾਈਟਲ ਫਿਲਮ ਦਾ ਇਹ ਕਿੱਦਾਂ ਲਿਆ ਗਿਆ ਤੇ ਮਲਕੀਤ ਭਾਜੀ ਨੇ ਨਾਲ ਦੀ ਨਾਲ ਹੀ ਤੁਹਾਨੂੰ ਦੇਤਾ ਸੀ ਗਾਣਾ ਤੇ ਉਹ ਥੋੜਾ ਸਬੱਬ ਦੱਸੋ ਸਰ ਕਿੱਦਾਂ ਬਣਿਆ ਬਿਲਕੁਲ ਜੀ ਬਿਲਕੁਲ ਕਰਕੇ ਮੈਂ ਇਸ ਗੱਲੋਂ ਵੀ ਲੱਕੀ ਹੈ ਕਿਉਂਕਿ ਕਬੂਤਰ ਤੋਤੇ ਤੂਤੀਆਂ ਹਿੰਦੀ ਫਿਲਮ ਚ ਪਹਿਲੋ ਟਾਈਟਲ ਸੀਗਾ ਹਾਂਜੀ ਪ੍ਰਭੂ ਦੇਵਾ ਸੋਨੂ ਸੂਦ ਐਂਡ ਸਾਰੀ ਬਹੁਤ ਵੱਡੀ ਕਾਸਟ ਸੀਗੀ ਉਹਦਾ ਵੀ ਟਾਈਟਲ ਸੀਗਾ ਤੋਤੇ ਤੂਤੇ ਤੂਤੀਆਂ ਦਾ ਸੋ ਨੈਕਸਟ ਹੁਣ ਜਿਹੜੀ ਮਰ ਗਿਆ ਲੋਕੋ ਪੰਜਾਬੀ ਫਿਲਮ ਬਣੀ ਆ ਉਹਨਾਂ ਮੇਰਾ ਖਿਆਲ ਫਿਲਮ ਸਾਰੀ ਬਣਾ ਲਈ ਸੀ ਇੱਕ ਦਿਨ ਕੀਤੀ ਦਾ ਮੈਨੂੰ ਫੋਨ ਆਇਆ ਕਹਿੰਦੇ ਭਾਜੀ ਵੀ ਫਿਲਮ ਅਸੀਂ ਸਾਰੀ ਬਣਾ ਲਈ ਨਾਂ ਰੱਖ ਲਿਆ ਮਰ ਗਿਆ ਲੋਕੋ ਪਰ ਸਾਰੇ ਕਹਿੰਦੇ ਗਾਣਾ ਤੁਹਾਡਾ ਆਇਆ ਤੇ ਉਹ ਕ੍ਰੈਡਿਟ ਤੁਹਾਨੂੰ ਵੀ ਜਾਂਦਾ ਵੀ ਪਰ ਅਸੀਂ ਗਾਣਾ ਕਰ ਸਕਦੇ ਹਾਂ ਉਹ ਹੈਗਾ ਕਿਉਂ ਨੀ ਕਰ ਸਕਦੇ ਹਾਂ ਕਰ ਸਕਦੇ ਹਾਂ ਸੋ ਇਸ ਕਰਕੇ ਭਾਜੀ ਅਸੀਂ ਉਸ ਗੀਤ ਨੂੰ ਜੇ ਦੁਆਰਾ ਆਪਾਂ ਗਾਈਏ ਮੈਂ ਵੀ ਤੁਹਾਡੇ ਨਾਲ ਗਾਊਂਗਾ ਸੋ ਮਤਲਬ ਮੈਂ ਨਾਲੇ ਤੁਹਾਨੂੰ ਅਸੀਂ ਫਿਲਮ ਚ ਵੀ ਲਵਾਂਗੇ ਸੋ ਬਹੁਤ ਵਧੀਆ ਗੱਲ ਸੀ ਔਰ ਮੈਨੂੰ ਬੜੀ ਇਸ ਗੱਲ ਦੀ ਵੀ ਖੁਸ਼ੀ ਆ ਕਿ ਮੈਂ ਉਸ ਟਾਈਮ ਅਸੀਂ ਔਗਸਟ ਦੇ ਫਸਟ ਵੀਕ ਕੈਨੇਡਾ ਟੂਰ ਕਰ ਰਹੇ ਸੀਗੇ ਔਰ 6-7 ਦਿਨ ਪਹਿਲੇ ਥੀਏਟਰਾਂ ਦੇ ਵਿੱਚ ਲੋਕਾਂ ਨੂੰ ਟਿਕਟਾਂ ਹੀ ਨਹੀਂ ਸੀ ਮਿਲ ਰਹੀਆਂ ਇੰਨੀ ਫਿਲਮ ਉਹ ਹਿੱਟ ਹੋਈ ਔਰ ਬਹੁਤ ਹੀ ਵਧੀਆ ਸਾਰਿਆਂ ਨੇ ਫਿਲਮ ਨੂੰ ਵੀ ਬਹੁਤ ਲਾਈਕ ਕੀਤਾ ਔਰ ਗੀਤ ਨੂੰ ਵੀ ਗੀਤ ਦੁਆਰਾ ਫਿਰ ਉਹ ਬਹੁਤ ਹਿੱਟ ਹੋਇਆ ਮਰ ਗਿਆ ਲੋਕੋ ਹਾਂਜੀ ਹਾਂਜੀ ਸਰ ਇੱਕ ਨਾ ਸਨ 2000 ਵਿੱਚ ਤੁਹਾਨੂੰ ਇੱਕ ਸਨਮਾਨ ਖਿਤਾਬ ਮਿਲਿਆ ਸੀਗਾ ਹੈਨਾ ਬਿਗੈਸਟ ਸੈਲਿੰਗ ਭੰਗੜਾ ਆਰਟਿਸਟ ਆਫ ਦਾ ਟਾਈਮ ਤੇ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਤੁਤਕ ਤੁਤਕ ਤੂਤੀਆਂ ਦਾ ਜਿਹੜਾ ਗਿਨਸ ਵਰਲਡ ਰਿਕਾਰਡ ਦੇ ਵਿੱਚ ਜਦੋਂ ਆਇਆ ਸੀ ਇਹ ਐਂਡ ਉਹਦੇ ਵਿੱਚ 3 ਵਾਰੀ ਨਾ ਆਇਆ ਆਪਣਾ ਸਕਸੈਸਫੁਲ ਭੰਗੜਾ ਆਰਟਿਸਟ ਇਨ ਦਾ ਵਰਲਡ ਬੈਸਟ ਸੈਲਿੰਗ ਭੰਗੜਾ ਆਰਟਿਸਟ ਇਨ ਦਾ ਵਰਲਡ ਤੇ ਵੱਡੀ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿਉਂਕਿ ਇਹਦਾ ਰੈਕੋਰਡ ਅੱਜ ਤੱਕ ਵੀ ਹੈ ਕਿਉਂਕਿ ਹਾਲੇ ਵੀ ਨੀ ਕਿਸੇ ਤੋਂ ਟੁੱਟਿਆ ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਕਦੇ ਟੁੱਟਣਾ ਹੀ ਨਹੀਂ ਕਿਉਂਕਿ ਹੁਣ ਤੱਕ ਤਾਂ ਐਲਬਮ ਵਿਕਦੀਆਂ ਹੀ ਨਹੀਂ ਹੈਗੀਆਂ ਜਾਂ ਕੈਸਟ ਇਹ ਨਹੀਂ ਵਿਕਦੀਆਂ ਤੇ ਇਹਦਾ ਰੈਕੋਰਡ ਅੱਜ ਵੀ ਮਤਲਬ ਅੱਜ ਮਤਲਬ ਇੰਨਾ ਮੀਡੀਆ ਦਾ ਜ਼ਮਾਨਾ ਇੰਨਾ ਮਤਲਬ ਚੈਨਲਾਂ ਦਾ ਜ਼ਮਾਨਾ ਲੇਕਿਨ ਉਸ ਟਾਈਮ ਤੇ ਕੋਈ ਚੈਨਲ ਨਹੀਂ ਸੀ ਕੋਈ ਮੀਡੀਆ ਨਹੀਂ ਸੀ ਮਲਕੀਤ ਭਾਜੀ ਹੋਰਾਂ ਬਹੁਤ ਹੀ ਅੱਛਾ ਅੱਛੀ ਗਾਇਕੀ ਦੇ ਮਾਲਕ ਨੇ ਹਨਾ ਕੋਈ ਵੀ ਲੱਚਰਤਾ ਜਾਂ ਉਹ ਠਾਹ ਠਾਹ ਬੰਦੂਕਾਂ ਗੰਡਾਸਿਆਂ ਵਾਲਾ ਗਾਣਾ ਨਹੀਂ ਗਾਇਆ ਤੇ ਉਸਦੇ ਬਾਵਜੂਦ ਵੀ ਉਹ ਹਿੱਟ ਆ ਸਭਿਆਚਾਰ ਦੇ ਨਾਲ ਜੁੜਿਆ ਹੋਇਆ ਸੀਗਾ ਉਹਦੇ ਵਿੱਚ ਮਿਜ਼ਾਜ਼ ਵੀ ਜ਼ਰੂਰ ਸੀਗਾ ਲਿਆਕਤ ਵੀ ਸੀਗੀ ਤੁਸੀਂ ਕਿਵੇਂ ਇਸ ਚੀਜ਼ ਨੂੰ ਮੇਨਟੇਨ ਕਰਕੇ ਰੱਖਿਆ ਕਿਉਂਕਿ ਜਿਹੜੀ ਤੁਹਾਡੀ ਆਡੀਅੰਸ ਆ ਉਹ ਹਾਲੇ ਵੀ ਤੁਹਾਨੂੰ ਹੀ ਸੁਣਨਾ ਪਸੰਦ ਕਰਦੀ ਹੈ ਉਸੇ ਸਟਾਈਲ 'ਚ ਬਿਲਕੁਲ ਜੀ ਕਿਉਂਕਿ ਜਿਹੜਾ ਜਿਹੜਾ ਗੀਤ ਤੁਹਾਡੇ ਦਿਲ ਦੇ ਨੇੜੇ ਹੋਵੇ ਜਿਹੜਾ ਗੀਤ ਤੁਸੀਂ ਫੋਕ ਮਿਊਜ਼ਿਕ ਦੇ ਜਾਂ ਤੁਸੀਂ ਮੈਂ ਆਪਣਾ ਸਟਾਈਲ ਥੋੜਾ ਫੈਮਿਲੀ ਟਾਈਪ ਦੇ ਗੀਤਾਂ ਨੂੰ ਬਹੁਤ ਮੋੜਿਆ ਕਿਉਂਕਿ ਬਹੁਤ ਸਾਰੇ ਜਿਹੜੀ ਜਿੱਦਾਂ ਆਰਟਿਸਟ ਜਦੋਂ ਕੋਈ ਬਹੁਤ ਗਾਉਂਦੇ ਨੇ ਲੇਕਿਨ ਉਹਨਾਂ ਕੋਲੇ ਫੈਮਿਲੀ ਵਾਲੇ ਗੀਤ ਮਾਵਾਂ ਠੰਡੀਆਂ ਛਾਵਾਂ ਜਾਂ ਮਤਲਬ ਆਪਣੇ ਰਿਸ਼ਤੇ ਨਾਤੇ ਸਾਡਾ ਮਾਮਾ ਬੜਾ ਗ੍ਰੇਟ ਜਾਗੋ ਜਾਗੋ ਹੋਈ ਜਿਵੇਂ ਭੈਣ ਜੀ ਉਹਨਾਂ ਨੇ ਕਿਹਾ ਵੀ ਕੋਈ ਵਿਆਹ ਐਸਾ ਨਹੀਂ ਜਿਹਦੇ ਵਿੱਚ ਮਤਲਬ ਗੀਤ ਨਾ ਲੱਗਣ ਮੈਂ ਜਾਗੋ ਜਾਗੋ ਰਿਕਾਰਡ ਕੀਤੀ ਸੀ ਜਾਗੋ ਦਾ ਵਿਆਹ ਤੋਂ ਸ਼ੁਰੂਆਤ ਹੀ ਉੱਥੋਂ ਹੁੰਦੀ ਆ ਫਿਰ ਮਾਮਾ ਬੜਾ ਗ੍ਰੇਟ ਆ ਫਿਰ ਸਾਲੀ ਤੇਰੀ ਨੇ ਨੱਚਣਾ ਫਿਰ ਪਿੜ ਖਾਲੀ ਕਲਾਰੇ ਜੀਜਾ ਹੈਨਾ ਤੋ ਕਿੰਨੇ ਗੀਤ ਨੇ ਜਿਹੜੇ ਮਤਲਬ ਕਿਉਂਕਿ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਫੈਮਿਲੀ ਦੇ ਨੇੜੇ ਤੇੜੇ ਵਾਲੇ ਗੀਤ ਗਾਏ ਜਾਣ ਉਹ ਗੀਤ ਗਾਏ ਜਾਣ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕੋ ਇੰਜੋਏ ਕਰ ਸਕੋ ਐਂਡ ਜਦੋਂ ਤੁਸੀਂ ਕਿਸੇ ਪ੍ਰਾਈਵੇਟ ਪਾਰਟੀ ਤੇ ਜਦੋਂ ਤੁਸੀਂ ਲੋਕ ਤੁਹਾਨੂੰ ਵਿਆਹ ਤੇ ਸਾਦੇ ਨੇ ਉਸ ਓਕੇਸ਼ਨ ਦੇ ਗੀਤ ਹੋਣ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਸੋ ਹਰ ਵਿਆਹ ਦੇ ਵਿੱਚ ਉਹ ਗੀਤ ਲਾ ਲੈ ਜੀ ਇਹ ਵਾਲਾ ਗਾਣਾ ਤੁਸੀਂ ਜ਼ਰੂਰ ਥੋੜਾ ਜਿਹਾ ਸਾਡੇ ਦਰਸ਼ਕਾਂ ਲਈ ਗੁਣਗੁਣਾ ਦਿਓ ਚਿੱਟੇ ਚੌਲ ਜਿਨ੍ਹਾਂ ਨੇ ਹਾਂ ਬਿਲਕੁਲ ਜੀ ਉਹ ਗੀਤ ਸੀਗਾ ਕਿ ਜਦੋਂ ਮੁੰਡਾ ਕੁੜੀ ਬਾਹਰੋਂ ਆਉਂਦੇ ਨੇ ਤੇ ਉਹ ਪਹਿਲਾ ਗੀਤ ਇਹ ਲਵਾਉਂਦੇ ਨੇ ਉਹ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਜੇ ਤੂੰ ਗਿੱਧਿਆਂ ਦੀ ਰਾਣੀ ਤੇ ਮੈਂ ਭੰਗੜੇ ਦਾ ਰਾਜਾ ਜੇ ਤੂੰ ਗਿੱਧਿਆਂ ਦੀ ਰਾਣੀ ਤੇ ਮੈਂ ਭੰਗੜੇ ਦਾ ਰਾਜਾ ਆਪਾਂ ਸਾਰਿਆਂ ਨੂੰ ਨੱਚ ਕੇ ਦਿਖਾਈਏ ਨੀ ਬਿੱਲ ਚੱਲ ਹੁਣ ਚੱਲ ਹੁਣ ਚੱਲ ਹੁਣ ਭੰਗੜ ਭੰਗੜਾ ਪਾਈਏ ਨੀ ਬਿੱਲ ਚੱਲ ਹੁਣ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਰ ਮਜ਼ਾ ਆ ਗਿਆ ਸਰ ਜਿਹੜੇ ਵਲੈਤ ਦੇ ਵਿੱਚ ਪੰਜਾਬੀ ਬੈਠੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ
ਬਹੁਤ ਧੰਨਵਾਦੀ ਹਾਂ ਜੀ ਮੈਂ ਸਾਰੇ ਪੰਜਾਬੀਆਂ ਦਾ ਔਰ ਖਾਸ ਤੌਰ ਤੇ ਇੰਗਲੈਂਡ ਦੇ ਜਿਹੜੇ ਬਲੈਚ ਬੈਠੇ ਨੇ ਕਿਉਂਕਿ ਮੇਰੀ ਸ਼ੁਰੂਆਤ ਹੀ ਇੱਥੋਂ ਬਲੈਚ ਚੋਂ ਹੋਈ ਔਰ ਮੈਂ ਇੱਥੇ ਹੀ ਆਣ ਕੇ ਸਾਰਾ ਮਿਊਜ਼ਿਕ ਜਿਹੜਾ ਇੱਥੋਂ ਅਸੀਂ ਇੰਗਲੈਂਡ ਤੋਂ ਪ੍ਰੋਡਿਊਸ ਕੀਤਾ ਔਰ ਸਾਰੀ ਵਰਲਡ ਦੇ ਵਿੱਚ ਉਹਨੂੰ ਪੇਸ਼ ਕੀਤਾ ਔਰ ਮੈਂ ਇੱਥੇ ਬਰਮਿੰਗਮ ਸ਼ਹਿਰ ਰਹਿੰਦਾ ਔਰ ਇੱਕ ਹੋਰ ਵੀ ਵਧੀਆ ਗੱਲ ਆ ਕਿਸ ਪੰਜਾਬ ਤੋਂ ਇੰਡੀਆ ਤੋਂ ਬਾਹਰ ਕਿਸੇ ਇੰਡੀਅਨ ਦਾ ਜੇ ਕਿਸੇ ਦਾ ਵਾਕਅਪ ਸਟਾਰ ਹੁੰਦਾ ਜਿਹੜਾ ਸਟੇਟ ਤੇ ਲੱਗਦਾ ਉਹ ਸਾਡੇ ਬਰਮਿੰਗਮ ਬਰੋਡ ਸਟ੍ਰੀਟ ਤੇ ਪਹਿਲੀ ਵਾਰੀ ਕਿਸੇ ਇੰਡੀਅਨ ਦਾ ਲੱਗਿਆ ਆ ਤੇ ਉਹ ਇੱਥੇ ਬਰਮਿੰਗਮ ਉਹ ਵੀ ਸਾਡੇ ਇੰਗਲੈਂਡੀਆਂ ਨੇ ਸਾਡੇ ਬਲੈਦੀਆਂ ਨੇ ਸਾਡੇ ਪੰਜਾਬੀਆਂ ਨੇ ਦਵਾਇਆ ਤੇ ਮੈਂ ਇਹਨਾਂ ਦਾ ਇੰਗਲੈਂਡ ਦਾ ਵੀ ਬਹੁਤ ਧੰਨਵਾਦੀ ਹਾਂ ਔਰ ਸਾਰੀ ਦੁਨੀਆਂ ਦੇ ਪੰਜਾਬੀ ਸਾਰੀ ਦੁਨੀਆਂ ਸਾਡੇ ਇੰਡੀਅਨ ਜਿੱਥੇ ਵੀ ਵੱਸਦੇ ਨੇ ਈਵਨ ਪਾਕਿਸਤਾਨੀ ਉਹ ਵੀ ਸਾਡਾ ਮਿਊਜ਼ਿਕ ਨੂੰ ਬਹੁਤ ਪਸੰਦ ਕਰਦੇ ਨੇ ਸੋ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਸੋ ਅਗੇਨ ਜੀ ਸਾਡੇ ਜਸ ਪਰਿਵਾਰ ਵੱਲੋਂ ਮੇਰੇ ਵੱਲੋਂ ਅਵਰਿੰਦਰ ਜੀ ਵੱਲੋਂ ਤੁਹਾਨੂੰ ਦੁਬਾਰਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸਾਡੇ ਨਾਲ ਗੱਲ ਕਰਨ ਦੇ ਲਈ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਜੀ ਮੈਂ ਜਸ ਪੰਜਾਬੀ ਦੀ ਸਾਰੀ ਮੈਨੇਜਮੈਂਟ ਸਿਮਰਜੀਤ ਥਾਟਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਬਹੁਤ ਸੋਹਣੇ ਪ੍ਰੋਗਰਾਮ ਕਰਦੇ ਹੋ ਔਰ ਮੈਨੂੰ ਅਸੀਂ ਦੇਖਦੇ ਹੁੰਦੇ ਇੱਥੇ ਇੰਗਲੈਂਡ 'ਚ ਔਰ ਇਸ ਵੇਲੇ ਬਹੁਤ ਤੁਹਾਡਾ ਪਾਪੂਲਰ ਇੱਥੇ ਪ੍ਰੋਗਰਾਮ ਸਾਰੇ ਚੱਲਦੇ ਆ ਔਰ ਬਹੁਤ ਇਸੇ ਤਰ੍ਹਾਂ ਹੀ ਮੈਂ ਵਿਸ਼ ਕਿ ਤੁਸੀਂ ਸਾਰੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਨੂੰ ਚੰਗੇ ਤਰੀਕੇ ਨਾਲ ਨਿਭਾਉਂਦੇ ਰਹੋ ਔਰ ਮੇਰੇ ਵੱਲੋਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਅਗੇਨ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਲਵ ਯੂ ਭਾਜੀ ਲਵ ਯੂ ਕਿਆ ਬਾਤ ਤੁਹਾਡੇ ਨਾਲ ਗੱਲ ਕਰਕੇ ਮਜ਼ਾ ਆ ਗਿਆ ਔਰ ਸਰਪ੍ਰਾਈਜ਼ ਸਰਪ੍ਰਾਈਜ਼ ਮੈਨੂੰ ਪਤਾ ਨਹੀਂ ਸੀ ਵੀ ਸਾਰਾ ਹੈ ਨਾ ਸੋ ਦੇਖੋ ਸਰ ਮੈਂ ਪਹਿਲਾਂ ਤਾਂ ਮਾਫੀ ਮੰਗਦਾ ਕਿ ਸਾਡੇ ਸਾਰੇ ਜਿਹੜੇ ਵਿਊਜ਼ ਨੇ ਉਹ ਤੁਹਾਡੀ ਇਹ ਸਰ ਸਾਰੇ ਤੁਹਾਨੂੰ ਮੁਬਾਰਕਬਾਦ ਦੇਣ ਦੇ ਲਈ ਫੋਨ ਕਰ ਰਹੇ ਨੇ ਸੋ ਮੈਮ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣਗੀਆਂ ਬ੍ਰੇਕ ਲੈ ਲਈ ਬਿਲਕੁਲ ਜੀ ਟਾਈਮ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ